ਗਵਰਨਮੈਂਟ ਨੇ ਤਾਂ ਬੜਾ ਲਹੂ ਪੀਤਾ ਲੋਕਾਂ ਦਾ, ਇਹਨਾਂ ਦੀ ਹਾਰ ਹੋਵੇ। ਸੋ ਸਾਨੂੰ ਲੱਗਦਾ ਹੈ ਸਾਡੀ ਜਿੱਤਣ ਤੋਂ ਪਹਿਲਾਂ ਹੀ ਸੰਘਰਸ਼ ਦੀ ਇੱਕ ਵੱਡੀ ਪ੍ਰਾਪਤੀ ਆ, ਵੱਡੀ ਜਿੱਤ ਹੈ। ਜਿਹੜੇ ਪੰਜਾਬ ਨੂੰ ਭੰਡਿਆ ਜਾਂਦਾ ਸੀ ਇਹ ਕਹਿ ਕੇ ਵੀ ਇਹ ਗਾਉਣੇ ਵਾਲਿਆਂ ਦੇ ਪਿੱਛੇ ਲੱਗ ਗਿਆ, ਅੱਜ ਦੇਖੋ ਗਾਉਣੇ ਵਾਲੇ ਵੀ ਭੁੰਜੇ ਬੈਠੇ ਆ, ਸਾਰਾ ਪੰਜਾਬ ਭੁੰਜੇ ਬੈਠਾ ਹੈ। ਸਿੰਘੂ ਬਾਰਡਰ 'ਤੇ ਹੋਸ਼ ਦੀ ਲੋੜ ਸੀ, ਇੱਥੇ ਹੋਸ਼ ਵੀ ਦਿਖਾਇਆ ਨੌਜਵਾਨਾਂ ਨੇ। ਬਿਲਕੁਲ, ਮੈਂ ਤਾਂ ਕਹਿੰਦਾ ਵੀ ਮਹੀਨਾ ਇੱਕ ਹੋ ਗਿਆ, ਤੁਸੀਂ ਦੇਖੋ ਗੌਰਮੈਂਟ ਨੇ ਬੜੀਆਂ ਸ਼ਰਾਰਤਾਂ ਕਰ ਕਰ ਦੇਖ ਲਈਆਂ, ਦਾਰੂ ਦੀਆਂ ਬੋਤਲਾਂ ਇੱਥੇ ਸਿੱਟੀਆਂ ਗਈਆਂ, ਤੀਵੀਆਂ ਇੱਥੇ ਛੱਡੀਆਂ ਗਈਆਂ, ਇੱਥੇ ਲੜਾਈਆਂ ਕਰਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ। ਪਰ ਮੇਰਾ ਥੋੜ੍ਹਾ ਜਿਹਾ ਮੰਨਣਾ ਇਹ ਆ ਵੀ ਗੁਰੂ ਮਹਾਰਾਜ ਦੀ ਇੱਥੇ ਇੰਨੀ ਕਿਰਪਾ ਵਰਤ ਰਹੀ ਹੈ, ਉਹ ਆਪਣੇ ਆਪ ਹੀ ਪੰਜਾਬੀਆਂ ਨੂੰ ਸਿੱਧੇ ਰਾਹ 'ਤੇ ਪਾ ਰਿਹਾ। ਜਿੰਨੇ ਵੀ ਵੀਰ ਹਰਿਆਣੇ ਵਾਲੇ, ਹਿਮਾਚਲ ਵਾਲੇ, ਜਿੱਥੋਂ ਵੀ ਜਿਹੜੀਆਂ ਸਟੇਟਾਂ ਤੋਂ ਪਹੁੰਚੇ ਆ, ਉਹਨਾਂ ਦਾ ਆਪਸੀ ਪਿਆਰ ਵਧਾ ਰਿਹਾ। ਤੀਵੀਆਂ ਇੱਥੇ ਛੱਡੀਆਂ ਗਈਆਂ, ਇੱਥੇ ਲੜਾਈਆਂ ਕਰਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ। ਪਰ ਮੇਰਾ ਥੋੜ੍ਹਾ ਜਿਹਾ ਮੰਨਣਾ ਇਹ ਆ ਵੀ ਗੁਰੂ ਮਹਾਰਾਜ ਦੀ ਇੱਥੇ ਇੰਨੀ ਕਿਰਪਾ ਵਰਤ ਰਹੀ ਹੈ, ਉਹ ਆਪਣੇ ਆਪ ਹੀ ਪੰਜਾਬੀਆਂ ਨੂੰ ਸਿੱਧੇ ਰਾਹ 'ਤੇ ਪਾ ਰਿਹਾ। ਸਤਿ ਸ਼੍ਰੀ ਅਕਾਲ, ਇੱਕ ਵਾਰ ਫਿਰ ਜੁੜੇ ਹਾਂ ਸਿੰਘੂ ਬਾਰਡਰ ਤੋਂ, ਜਿੱਥੇ ਕਿਸਾਨੀ ਅੰਦੋਲਨ ਅੱਜ ਸਿਖਰਾਂ 'ਤੇ ਪਹੁੰਚ ਚੁੱਕਿਆ। ਗੱਲ ਕਰੀਏ ਕਲਾਕਾਰਾਂ ਦੀ, ਪਹਿਲੇ ਦਿਨ ਤੋਂ ਹੀ ਵੱਡੇ ਪੱਧਰ 'ਤੇ ਕਲਾਕਾਰਾਂ ਦਾ ਸਮਰਥਨ ਮਿਲ ਰਿਹਾ। ਸਾਡੇ ਨਾਲ ਕਲਾਕਾਰ ਜੱਸ ਬਾਜਵਾ ਮੌਜੂਦ ਨੇ, ਗੱਲਬਾਤ ਕਰਦੇ ਹਾਂ। ਬਾਜਵਾ ਜੀ, ਪਹਿਲੇ ਦਿਨ ਤੋਂ ਜਿਹੜਾ ਕਲਾਕਾਰਾਂ ਦਾ ਸਮਰਥਨ ਮਿਲ ਰਿਹਾ, ਇਤਿਹਾਸ ਦੇ ਵਿੱਚ ਅਜਿਹਾ ਅੰਦੋਲਨ ਪਹਿਲਾਂ ਨਹੀਂ ਹੋਇਆ, ਪਹਿਲੀ ਵਾਰ ਇਹੋ ਜਿਹਾ ਅੰਦੋਲਨ ਦੇਖਣ ਨੂੰ ਮਿਲਿਆ। ਬਿਲਕੁਲ, ਵਧਾਈ ਦਾ ਪਾਤਰ ਹੈ ਜੀ ਪੰਜਾਬ, ਜਿੱਥੋਂ ਇਹ ਚੰਗਿਆਰੀ ਸੁਲ ਗਈ ਅਤੇ ਇਹ ਪੂਰੇ ਭਾਂਬੜ ਵਾਂਗੂ ਪੂਰੇ ਹਿੰਦੁਸਤਾਨ ਭਾਰਤ ਦੇ ਵਿੱਚ ਇੱਕ ਜਲਜਲਾ ਗਿਆ ਅਤੇ ਸਭ ਨੂੰ ਆਪਣੇ ਹੱਕਾਂ ਲਈ ਅਵੇਅਰ ਕੀਤਾ ਪੰਜਾਬ ਨੇ ਵੀ, ਜਾਗੋ, ਜੇ ਨਾ ਜਾਗੇ ਤਾਂ ਲੁੱਟੇ ਜਾਵਾਂਗੇ। ਅਤੇ ਸਭ ਨੇ ਆ ਕੇ ਇੱਕਦਮ ਸਭ ਨੂੰ ਲੱਗਿਆ ਵੀ ਨਹੀਂ ਯਾਰ, ਖੇਤੀ ਤੋਂ ਉੱਤੇ ਸਾਡੇ ਲਈ ਕੁਛ ਨਹੀਂ। ਕਿਸਾਨਾਂ ਨਾਲ ਇੱਕ ਵੈਸੇ ਵੀ ਸਿੱਧੇ ਤੌਰ 'ਤੇ ਖੇਤੀ ਨਾਲ ਜੁੜਿਆ ਕੋਈ ਨਹੀਂ ਜੁੜਿਆ, ਪਰ ਸਿੱਧੇ ਤੌਰ 'ਤੇ ਸਾਰੀ ਦੁਨੀਆ ਖੇਤੀ ਨਾਲ ਜੁੜੀ ਹੈ, ਤਾਂ ਸਾਰਿਆਂ ਦੀ ਸਿੰਪਤੀ ਵੀ ਇਸ ਅੰਦੋਲਨ ਨਾਲ ਬਹੁਤ। ਜਿਹੜੇ ਮਤਲਬ ਮੇਰੇ ਤੱਕ ਉਹ ਉੱਦਾਂ ਦੇ ਬੰਦਿਆਂ ਦੇ ਫੋਨ ਆਉਂਦੇ ਆ ਵੀ ਜਿਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਸੀ, ਜਿਹੜੇ ਕਾਰਪੋਰੇਟ ਨੇ ਵੱਡੇ ਵੱਡੇ ਕਾਰਪੋਰੇਟ, ਸਾਰੇ ਵੀ ਨਹੀਂ ਮਾੜੇ ਹੈਗੇ, ਚੰਗੇ ਵੀ ਹੈ, ਜਿਨ੍ਹਾਂ ਦਾ ਕੋਈ ਵਾਸਤਾ ਹੀ ਨਹੀਂ ਸੀਗਾ, ਜਿਹੜੇ ਮਤਲਬ ਜਿਨ੍ਹਾਂ ਦੇ 10 ਬੰਦੇ ਇੱਧਰ, ਗਨਮੈਨ 10 PA ਇੱਧਰ, ਉਹ ਵੀ ਅੱਜ ਇਸ ਅੰਦੋਲਨ ਬਾਰੇ ਸਰਚਾਂ ਮਾਰ ਮਾਰ ਦੇਖਦੇ ਆ ਕਿ ਯਾਰ ਜਿੱਤਣ ਤਾਂ ਕਿਸਾਨ ਹੀ, ਜਿੱਤਣੇ ਗੌਰਮੈਂਟ ਨੇ ਤਾਂ ਬੜਾ ਲਹੂ ਪੀਤਾ ਲੋਕਾਂ ਦਾ, ਇਹਨਾਂ ਦੀ ਹਾਰ ਹੋਵੇ। ਸੋ ਸਾਨੂੰ ਲੱਗਦਾ ਹੈ ਸਾਡੀ ਜਿੱਤਣ ਤੋਂ ਪਹਿਲਾਂ ਹੀ ਸੰਘਰਸ਼ ਦੀ ਇੱਕ ਵੱਡੀ ਪ੍ਰਾਪਤੀ ਆ, ਵੱਡੀ ਜਿੱਤ ਹੈ। ਅਤੇ ਜਦੋਂ ਐਸੇ ਸੰਕੇਤ ਤੁਹਾਨੂੰ ਕਿਸੇ ਅੰਦੋਲਨ ਤੋਂ ਆਉਣ ਲੱਗ ਜਾਣ, ਮਿਲਣ ਲੱਗ ਜਾਣ, ਬਾਕੀ ਰਹਿ ਗਈ ਗੱਲ ਇੱਥੇ ਜਿਹੜੀ ਮਹਿਮਾ ਵਰਤ ਰਹੀ ਹੈ, ਉਹਦਾ ਤਾਂ ਚਲੋ ਕੋਈ ਬਿਆਨ ਸ਼ਬਦਾਂ 'ਚ ਕੀਤਾ ਹੀ ਨਹੀਂ ਜਾ ਸਕਦਾ, ਕੋਈ ਕਮੀ ਪੇਸ਼ੀ ਨਹੀਂ, ਜਿੱਤ ਯਕੀਨੀ ਹੈ। ਬਾਈ ਜੀ, ਜਦੋਂ ਭਗਤ ਸਿੰਘ ਨੂੰ ਫਾਂਸੀ ਦੇਣ ਦਾ ਸਮਾਂ ਸੀ, ਫਾਂਸੀ ਤੋਂ ਪਹਿਲਾਂ ਕਿਤਾਬ ਪੜ੍ਹ ਰਹੇ ਸੀ, ਕਿਤਾਬ ਪੜ੍ਹਦੇ ਪੜ੍ਹਦੇ ਉਹਨਾਂ ਨੇ ਇੱਕ ਬਰਕਾ ਮੋੜਿਆ, ਅਤੇ ਜਦੋਂ ਉਹਨਾਂ ਨੂੰ ਪੁੱਛਿਆ ਕਿ ਬਰਕਾ ਤਾਂ ਉਹ ਮੋੜਦੇ ਹੁੰਦੇ ਨੇ ਜਿਨ੍ਹਾਂ ਨੇ ਕਿਤਾਬ ਪੜ੍ਹਨੀ ਹੋਵੇ, ਪਰ ਉਹਨਾਂ ਨੇ ਕਿਹਾ ਮੈਂ ਬਰਕਾ ਮੋੜ ਕੇ ਚੱਲਿਆ, ਆਉਣ ਵਾਲੀ ਪੀੜ੍ਹੀ ਹੈ ਜਿਹੜੀ ਕੋਈ ਨਾ ਕੋਈ ਹੋਊਗਾ ਜਿਹੜਾ ਇਸ ਬਰਕੇ ਨੂੰ ਖੋਲੂਗਾ। ਹੁਣ ਅੱਜ ਜੀ ਬਿਲਕੁਲ ਟਾਈਮ ਆ ਗਿਆ ਹੋ ਕਿ ਬਰਕਾ ਖੁੱਲ ਗਿਆ। ਬਿਲਕੁਲ ਖੁੱਲ ਗਿਆ, ਮੈਨੂੰ ਲੱਗਦਾ ਵੀ ਪੰਜਾਬ ਨੇ ਉਹ ਪਹਿਲ ਕੀਤੀ ਜਿਹੜੇ ਪੰਜਾਬ ਨੂੰ ਭੰਡਿਆ ਜਾਂਦਾ ਸੀ ਇਹ ਕਹਿ ਕੇ ਵੀ ਇਹ ਗਾਉਣੇ ਵਾਲਿਆਂ ਦੇ ਪਿੱਛੇ ਲੱਗ ਗਿਆ, ਅੱਜ ਦੇਖੋ ਗਾਉਣੇ ਵਾਲੇ ਵੀ ਭੁੰਜੇ ਬੈਠੇ ਆ, ਸਾਰਾ ਪੰਜਾਬ ਭੁੰਜੇ ਬੈਠਾ ਹੈ। ਮੈਨੂੰ ਲੱਗਦਾ ਇੱਕ ਇਹ ਦੁਨੀਆ 'ਤੇ ਐਸੀ ਖੂਬਸੂਰਤ ਤਸਵੀਰ ਗਈ ਹੈ, ਇਹ ਕਰਵਾਇਆ ਵਾਹਿਗੁਰੂ ਨੇ, ਮੈਂ ਰੱਬ 'ਚ ਬਿਲੀਵ ਕਰਦਾ, ਇਹ ਕਿਸੇ ਜਥੇਬੰਦੀ ਨੇ ਨਹੀਂ ਕਰਵਾਇਆ, ਕਿਸੇ ਲੀਡਰ ਨੇ ਨਹੀਂ ਕਰਵਾਇਆ। ਲੀਡਰਾਂ ਨੂੰ ਤਾਂ ਤੁਹਾਨੂੰ ਪਤਾ ਹੀ, ਉਹਨਾਂ ਦਾ ਤਾਂ ਕੀ ਹਾਲ ਹੈ ਵਿਚਾਰਿਆਂ ਦਾ, ਉਹ ਵੀ ਹੁਣ ਆਪਦੀ ਇੱਜ਼ਤ ਬਚਾਉਂਦੇ ਫਿਰਦੇ ਆ। ਇਹ ਇੱਕ ਲੋਕ ਲਹਿਰ ਉੱਠੀ ਜਿਹੜੀ ਜਨ ਸਲਾਬ ਬਣ ਚੁੱਕੀ ਹੈ, ਹਰ ਇੱਕ ਬੰਦੇ ਦੀ, ਮੈਂ ਪਹਿਲਾਂ ਜਿਵੇਂ ਕਹਿ ਕੇ ਹਟਿਆ, ਸਿੰਪਤੀ ਜੁੜੀ ਹੈ ਅਤੇ ਹਰ ਇੱਕ ਬੰਦੇ ਦੀ ਇਹ ਸੋਚ ਜੁੜੀ ਹੈ ਵੀ ਅੱਜ ਕੋਈ ਫੈਸਲਾ ਆਊਗਾ ਉੱਥੋਂ, ਕੱਲ੍ਹ ਨੂੰ ਕੋਈ ਫੈਸਲਾ ਆਊਗਾ। ਜੇ ਅਸੀਂ ਪੋਹ ਦਾ ਮਹੀਨਾ ਇੱਥੇ ਕੱਢ ਸਕਦੇ ਹਾਂ, ਪੰਜਾਬ 'ਚ ਕਿਹਾ ਜਾਂਦਾ ਵੀ ਸਭ ਤੋਂ ਠੰਡਾ ਅਤੇ ਸੀਤ ਮਹੀਨਾ, ਸਾਡੇ ਛੋਟੇ ਸਾਹਿਬਜ਼ਾਦਿਆਂ ਨੂੰ ਸਭਾ ਦੇ ਦਿਨ ਚੱਲਦੇ ਆ, ਸ਼ਹਾਦਤ ਦੇ ਦਿਨ ਚੱਲਦੇ ਆ, ਕੱਲ੍ਹ ਤੋਂ ਪਹਿਲਾ ਦੀਵਾਨ ਸ਼ੁਰੂ ਸੀਗਾ, ਠੰਡੇ ਬੁਰਜ 'ਚ ਮਾਤਾ ਗੁਜਰੀ ਜੀ ਨੂੰ ਰੱਖਿਆ ਗਿਆ, ਛੋਟੇ ਸਾਹਿਬਜ਼ਾਦਿਆਂ ਨੂੰ ਕੰਧਾਂ 'ਚ ਚਿਣਿਆ ਗਿਆ, ਚਮਕੌਰ ਦੀ ਗੜੀ 'ਚ ਵੱਡੇ ਸਾਹਿਬਜ਼ਾਦੇ ਸ਼ਹੀਦ ਹੋਏ। ਜੇ ਉਹ ਸਾਡੇ ਸਾਡੇ ਇੱਕ ਇੱਕ ਨਿਧੜਕ ਅੰਗ ਨੇ ਸਾਡੇ ਸਰੀਰ ਦੇ, ਜੇ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਅਸੀਂ ਇੱਥੇ ਬਹਿ ਸਕਦੇ ਹਾਂ, ਤਾਂ ਉਹ ਮਹੀਨਾ ਸਾਡੇ ਲਈ ਬਹੁਤ ਜਜ਼ਬਾਤੀ ਹੈ, ਕਿਉਂਕਿ ਸਾਰਾ ਪੰਜਾਬ ਉੱਥੇ ਇਕੱਠਾ ਹੁੰਦਾ। ਜੇ ਅਸੀਂ ਉੱਥੋਂ ਅੱਜ ਇੱਥੇ ਬੈਠੇ ਹਾਂ, ਇੱਥੇ ਹੀ ਉਹ ਸਭਾ ਦੇ ਦਿਨ ਮਨਾਵਾਂਗੇ, ਤਾਂ ਫਿਰ ਅਸੀਂ ਇੱਥੋਂ ਆਪਣਾ ਹੱਕ ਲੈ ਕੇ ਜਾਵਾਂਗੇ, ਇੱਦਾਂ ਨਹੀਂ ਮੁੜਦੇ। ਬਾਈ ਜੀ, ਲੇਲਣ ਨੂੰ ਕਿਸੇ ਨੇ ਕਿਹਾ ਸੀ ਕਿ ਤੁਸੀਂ ਪੰਜ ਜਿਹੜੇ ਨੌਜਵਾਨਾਂ ਦੇ ਮੂੰਹੋਂ ਗੀਤ ਸੁਣਾ ਦਿਓ ਕਿ ਮੈਂ ਤੁਹਾਡਾ ਭਵਿੱਖ ਦੱਸ ਦਾਂਗਾ ਕਿ ਪਾਉਣ ਵਾਲਾ ਤੁਹਾਡਾ ਭਵਿੱਖ ਕੀ ਆ। ਅੱਜ ਨੌਜਵਾਨਾਂ ਦੇ ਮੂੰਹ 'ਤੇ ਸਿਰਫ ਕਿਸਾਨੀ ਦੇ ਗੀਤ ਨੇ, ਬੱਸਾਂ ਦੇ ਵਿੱਚ, ਗੱਡੀਆਂ ਦੇ ਵਿੱਚ, ਟਰੈਕਟਰਾਂ 'ਤੇ, ਇੱਥੇ ਅੰਦੋਲਨਾਂ ਦੇ ਵਿੱਚ ਜਿਹੜੇ ਸਿਰਫ ਔਰ ਸਿਰਫ ਕਿਸਾਨੀ ਦੇ ਗੀਤ ਗੂੰਜ ਰਹੇ ਨੇ। ਅੱਜ ਪੰਜਾਬ ਉਹ ਪੰਜ ਗੀਤ ਕੀ, ਮੈਂ ਕਹਿੰਦਾ 50 ਗੀਤ ਅੱਜ ਸੁਣਾ ਦਈਏ, ਤਾਂ ਅੱਜ ਦੀ ਇੱਕ ਵੱਡੀ ਖੁਸ਼ਖਬਰੀ, ਚੰਗੀ ਗੱਲ ਇਹ ਹੈ ਵੀ ਜਿਹੜਾ ਨੌਜਵਾਨ ਵਰਗ ਗਾਇਕੀ ਦੇ ਖੇਤਰ 'ਚ ਆਉਣਾ ਚਾਹੁੰਦਾ, ਉਹ ਕਹਿੰਦਾ ਬਾਈ ਵੀ ਮੈਂ ਕੋਈ ਕਮਰਸ਼ੀਅਲ ਗਾਣਾ ਨਹੀਂ ਕਰਨਾ, ਮੈਨੂੰ ਖੇਤੀ ਵਾਲਾ ਗਾਣਾ ਕਰਨ ਦਿਓ, ਮੈਂ ਤਾਂ ਉਹੀ ਕਰਨਾ, ਉਹ ਇੱਕ ਚੰਗੀ ਗੱਲ ਹੈ।
ਸਮਾਜ ਨੂੰ ਸੇਧ ਦੇਣ ਵਾਲੇ ਗੀਤ, ਸਮਾਜ ਨੂੰ ਬੁਰਾਈ ਦੇ ਖਿਲਾਫ ਜਗਾਉਣ ਵਾਲੇ ਗੀਤ ਅੱਜ ਪੰਜਾਬ ਦੀ ਇੰਡਸਟਰੀ, ਕਿਉਂਕਿ ਪਹਿਲਾ ਵਾਰ ਕਲਮਾਂ ਦਾ, ਦੂਜਾ ਵਾਰ ਖੰਡੇ ਨਾਲ, ਜਿੱਦਾਂ ਦਾ ਮਟੀਰੀਅਲ ਉਹਨਾਂ ਨੂੰ ਚਾਹੀਦਾ ਉਹ ਅਸੀਂ ਐਜ਼ ਐਨ ਆਪਣੀ ਉੱਧਰ ਵੀ ਡਿਊਟੀ, ਸਾਡੀ ਜਿਹੜੀ ਜ਼ਿੰਮੇਵਾਰੀ ਉਹ ਡਬਲ ਹੈ, ਪ੍ਰੈਕਟੀਕਲੀ ਵੀ ਫਿਜ਼ੀਕਲੀ ਵੀ ਅਸੀਂ ਇਹਨਾਂ ਧਰਨਿਆਂ ਦੇ ਵਿੱਚ ਹਾਂ, ਪਰ ਅਸੀਂ ਆਪਦਾ ਕੰਮ ਵੀ ਬਖੂਬੀ ਨਿਭਾ ਰਹੇ ਹਾਂ। ਕਿਸਾਨ ਇੰਥਮ ਅਸੀਂ ਸਭ ਤੋਂ ਵੱਡੀ ਕਲੈਬਰੇਸ਼ਨ ਇੰਡਸਟਰੀ ਦੀ ਕੀਤੀ ਹੈ, ਉਹ ਵੀ ਕਿਸਾਨੀ ਸੰਘਰਸ਼ ਦੇ ਨਾਂ 'ਤੇ ਕੀਤਾ। ਮੇਰੇ ਹਿਸਾਬ ਨਾਲ 4-5 ਕਰੋੜ ਰੁਪਏ ਦਾ ਗਾਣਾ ਹੈ, ਕਿਸੇ ਕੰਪਨੀ ਦੇ ਕੋਲ ਅਫੋਰਡ ਨਹੀਂ ਹੋਣਾ ਸੀ, ਪਰ ਉਹ ਕਿਸਾਨੀ ਸੰਘਰਸ਼ ਲਈ ਫਰੀ ਆਫ ਕੋਸਟ ਕੀਤਾ। ਇਹ ਵੀ ਇੱਕ ਅਸੀਂ ਆਪਦੇ ਵੱਲੋਂ ਕੰਟਰੀਬਿਊਟ ਕੀਤਾ ਵੀ ਹਾਂ ਯਾਰ, ਇਹ ਐਜ਼ ਐਨ ਕਲਾਕਾਰ ਵੀ ਸਾਡਾ ਫਰਜ਼ ਹੈ, ਅਸੀਂ ਇਹ ਵੀ ਕਰਾਂਗੇ, ਅਸੀਂ ਇੱਥੇ ਵੀ ਏਕਾ ਦਿਖਾਵਾਂਗੇ ਵੀ ਅਸੀਂ ਇੱਥੇ ਵੀ ਏਕਾਂ ਅਤੇ ਅਸੀਂ ਦਿੱਲੀ ਵੀ ਏਕਾਂ। ਭਾਅ ਜੀ, ਇੱਕ ਚੀਜ਼ ਹੋਰ ਦੇਖਣ ਨੂੰ ਮਿਲੀ ਹੈ ਨੌਜਵਾਨਾਂ 'ਚ, ਜਿੱਥੇ ਜੋਸ਼ ਦੀ ਲੋੜ ਸੀ ਸ਼ੰਭੂ ਬਾਰਡਰ 'ਤੇ, ਜੋਸ਼ ਦੀ ਲੋੜ ਸੀ ਖਨੌਰੀ ਬਾਰਡਰ 'ਤੇ, ਜੋਸ਼ ਦੀ ਲੋੜ ਸੀ ਉੱਥੇ, ਜੋਸ਼ ਦੇਖਣ ਨੂੰ ਮਿਲਿਆ ਸਿੰਘੂ ਬਾਰਡਰ 'ਤੇ, ਹੋਸ਼ ਦੀ ਲੋੜ ਸੀ ਇੱਥੇ, ਹੋਸ਼ ਵੀ ਦਿਖਾਇਆ ਨੌਜਵਾਨਾਂ ਨੇ। ਬਿਲਕੁਲ, ਮੈਂ ਤਾਂ ਕਹਿੰਦਾ ਵੀ ਮਹੀਨਾ ਇੱਕ ਹੋ ਗਿਆ, ਤੁਸੀਂ ਦੇਖੋ ਗੌਰਮੈਂਟ ਨੇ ਬੜੀਆਂ ਸ਼ਰਾਰਤਾਂ ਕਰ ਦੇਖ ਲਈਆਂ, ਦਾਰੂ ਦੀਆਂ ਬੋਤਲਾਂ ਇੱਥੇ ਸਿੱਟੀਆਂ ਗਈਆਂ, ਤੀਵੀਆਂ ਇੱਥੇ ਛੱਡੀਆਂ ਗਈਆਂ, ਇੱਥੇ ਲੜਾਈਆਂ ਕਰਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ, ਪਰ ਮੇਰਾ ਥੋੜ੍ਹਾ ਜਿਹਾ ਮੰਨਣਾ ਇਹ ਆ ਵੀ ਗੁਰੂ ਮਹਾਰਾਜ ਦੀ ਇੱਥੇ ਇੰਨੀ ਕਿਰਪਾ ਵਰਤ ਰਹੀ ਹੈ, ਉਹ ਆਪਣੇ ਆਪ ਹੀ ਪੰਜਾਬੀਆਂ ਨੂੰ ਸਿੱਧੇ ਰਾਹ 'ਤੇ ਪਾ ਰਿਹਾ। ਜਿੰਨੇ ਵੀ ਵੀਰ ਹਰਿਆਣੇ ਵਾਲੇ, ਹਿਮਾਚਲ ਵਾਲੇ, ਜਿੱਥੋਂ ਵੀ ਜਿਹੜੀਆਂ ਸਟੇਟਾਂ ਤੋਂ ਪਹੁੰਚੇ ਆ, ਉਹਨਾਂ ਦਾ ਆਪਸੀ ਪਿਆਰ ਵਧਾ ਰਿਹਾ। ਜੇ ਇੱਥੇ ਖੂਬਸੂਰਤੀ ਦੇਖਣ ਨੂੰ ਮਿਲਦੀ ਹੈ, ਜੇ ਪਾਣੀ ਹਰਿਆਣੇ ਵਾਲੇ ਲੈ ਕੇ ਆਉਂਦੇ ਤਾਂ ਸਬਜ਼ੀ ਪੰਜਾਬ ਵਾਲੇ ਬਣਾਉਂਦੇ ਆ ਅਤੇ ਰੋਟੀ ਰਾਜਸਥਾਨ ਵਾਲੇ ਲੈ ਕੇ ਆਉਂਦੇ ਆ, ਇਦੋਂ ਵੱਡਾ ਮੈਨੂੰ ਨਹੀਂ ਲੱਗਦਾ ਇੱਕ ਦਾ ਸੁਮੇਲ ਕਿਤੇ ਦੇਖਣ ਨੂੰ ਮਿਲਿਆ ਜਾ ਸਕਦਾ। ਸੋ ਸਾਰੇ ਚੜ੍ਹਦੀ ਕਲਾ 'ਚ ਨੇ, ਅਤੇ ਅਸੀਂ ਇਹਨਾਂ ਦੀ ਚੜ੍ਹਦੀ ਕਲਾ ਦੀ ਹੀ ਕਾਮਨਾ ਕਰਦੇ ਹਾਂ ਅੱਗੇ, ਤਾਂ ਜੋ ਅਸੀਂ ਜਿੱਤ ਕੇ ਪੰਜਾਬ ਨੂੰ ਜਾ ਸਕੀਏ। ਭਾਅ ਜੀ, 4 ਕਲੈਨਾਂ ਜਿਹੜੀਆਂ ਤੁਸੀਂ ਕੋਈ ਗਾਇਆ ਗੀਤ, ਕੋਈ ਕਿਸਾਨੀ ਸੰਘਰਸ਼ ਦੇ ਵਿੱਚ, ਕਿਸਾਨੀ ਅੰਦੋਲਨ ਲਈ? ਇਕੱਠੇ ਕਰ ਲੈ ਆਪਣੇ ਯਾਰ, ਭਾਵੇਂ 10 ਨੇ ਭਾਵੇਂ 4, ਉਹ ਜੱਟਾ ਤਕੜਾ ਹੋ ਜਾ, ਸੈਂਟਰ ਦੀ ਸਰਕਾਰ ਰਹੀ ਜ਼ਿਮੀਂਦਾਰਾਂ ਲਈ ਗਦਾਰ, ਉਹ ਜੱਟਾ ਤਕੜਾ ਹੋ ਜਾ। ਮਿਹਰਬਾਨੀ ਜੀ। ਸੋ ਇਹ ਸੀ ਜਸ ਬਾਜਵਾ, ਜਿਨ੍ਹਾਂ ਦੇ ਵੱਲੋਂ ਗੀਤਾਂ ਦੇ ਰਾਹੀਂ ਵੀ ਹੋਵੇ, ਭਾਵੇਂ ਗੱਲ ਜਿਹੜੀ ਕਹੀ ਜਾ ਰਹੀ ਹੈ ਕਿ ਹੁਣ ਦੇਸ਼ ਦਾ ਜਿਹੜਾ ਨੌਜਵਾਨ ਆ ਉਹ ਜਾਗ ਚੁੱਕਿਆ, ਹੁਣ ਜਦੋਂ ਤੱਕ ਦਿੱਲੀ ਦੇ ਤਖ਼ਤ ਨਹੀਂ ਹਿਲਾਉਂਦੇ, ਜਦੋਂ ਤੱਕ ਦਿੱਲੀ ਦੇ ਕਿਲੇ ਫਤਿਹ ਨਹੀਂ ਹੁੰਦੇ, ਉਦੋਂ ਤੱਕ ਅਸੀਂ ਵਾਪਸ ਨਹੀਂ ਜਾਵਾਂਗੇ। ਲਗਾਤਾਰ ਬਣੇ ਰਹੋ D5 ਦੇ ਨਾਲ, ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।